ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹੋ ਰਿਹਾ। ਮਤਲਬ ਇਹ ਸਾਰਾ ਜਿਹੜਾ ਆ, ਜਿੱਦਾਂ ਗਰੀਬਾਂ ਦਾ ਹੱਕ ਮਾਰਿਆ ਜਾਣ ਵਾਲਾ ਕੰਮ ਹੋ ਰਿਹਾ। ਡਾਂਗਾ ਮਾਰਨੀਆਂ ਆਉਂਦੀਆਂ ਸਾਨੂੰ, ਡਾਂਗਾ ਖਾਣੀਆਂ ਆਉਂਦੀਆਂ ਨਹੀਂ ਕਹਿ ਸਕਦੇ। ਪੁਲਿਸ ਨੂੰ ਜੇਲ੍ਹਾਂ 'ਚ ਡੱਕਣਾ ਹੁੰਦਾ, ਸਾਨੂੰ ਜੇਲ੍ਹਾਂ 'ਚ ਬੰਦ ਹੋਣਾ ਹੁੰਦਾ। ਹੁਣ ਅਸੀਂ ਹੋਰ ਕੀ, ਜੇ ਇਹਨਾਂ 'ਤੇ ਹੁਣ ਤਾਂ ਗੋਲੀਆਂ ਚਲਾ ਨਹੀਂ ਸਕਦੇ, ਸਾਡੇ ਕੋਲ ਤਾਂ ਇਹੀ ਹੱਕ ਹੈ ਵੀ ਧਰਨਾ ਲਾ ਲਈਏ, ਮੋਰਚਾ ਪੈ ਲਈਏ, ਇੱਥੇ ਬਹਿ ਜਾਈਏ। ਬਟਾਲਾ ਦੇ ਸਮਾਜ ਸੇਵੀ ਨਵਤੇਜ ਸਿੰਘ ਗੁੱਗੂ, ਜੋ ਕਿ ਬਟਾਲਾ ਦੇ ਵਿੱਚ ਆਪਣਾ ਨਵਤੇਜ਼ ਹਿਊਮੈਨਿਟੀ ਹਸਪਤਾਲ ਚਲਾ ਰਹੇ ਸਨ, ਜਿੱਥੇ ਉਹਨਾਂ ਦੇ ਵੱਲੋਂ ਜ਼ਰੂਰਤਮੰਦ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸੀ। ਇਸ ਹਸਪਤਾਲ ਦੇ ਵਿੱਚ ਕੁਝ ਦਿਨ ਪਹਿਲਾਂ ਪੁਲਿਸ ਇਨਕੁਆਇਰੀ ਦੇ ਤੌਰ ਦੇ ਉੱਤੇ ਇੱਕ ਲੁਟੇਰੇ ਤੋਂ ਪੁੱਛਗਿੱਛ ਕਰਨ ਦੇ ਲਈ ਉੱਥੇ ਪਹੁੰਚੀ ਸੀ, ਕਿਉਂਕਿ ਇਹ ਲੁਟੇਰਾ ਆਪਣੀ ਟੁੱਟੀ ਹੋਈ ਲੱਤ ਦਾ ਇਲਾਜ ਕਰਵਾਉਣ ਦੇ ਲਈ ਇਸ ਹਸਪਤਾਲ ਦੇ ਵਿੱਚ ਪਹੁੰਚਿਆ ਸੀ, ਜਿਸ ਦੀ ਐਮਰਜੈਂਸੀ ਇਲਾਜ ਕਰਕੇ ਨਵਤੇਜ ਦੇ ਵੱਲੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਸੀ। ਉਸੇ ਦੀ ਇਨਕੁਆਇਰੀ ਕਰਨ ਦੇ ਲਈ ਪੁਲਿਸ ਨਵਤੇਜ ਗੁੱਗੂ ਦੇ ਹਸਪਤਾਲ ਪਹੁੰਚੀ ਸੀ। ਉੱਥੇ ਇਹ ਸਾਰੀ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਨਵਤੇਜ ਸਿੰਘ ਗੁੱਗੂ ਦੇ ਵੱਲੋਂ ਨਸ਼ਰ ਵੀ ਕਰ ਦਿੱਤੀ ਗਈ ਸੀ, ਜਿਸ ਦੇ ਚੱਲਦਿਆਂ ਉਸ ਵੀਡੀਓ ਦੇ ਆਧਾਰ ਦੇ ਉੱਤੇ ਪੁਲਿਸ ਨੇ ਨਵਤੇਜ ਗੁੱਗੂ ਦੇ ਉੱਤੇ ਪੁਲਿਸ ਜਾਂਚ ਦੇ ਵਿੱਚ ਵਿਘਨ ਪਾਉਣ ਅਤੇ ਪੁਲਿਸ ਦੇ ਨਾਲ ਧੱਕਾਮੁੱਕੀ ਕਰਨ ਦੇ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਪਰ ਇਸ ਕਾਰਵਾਈ ਤੋਂ ਬਾਅਦ ਲਗਾਤਾਰ ਨਵਤੇਜ ਗੁੱਗੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਸਮਾਜ ਸੇਵੀ ਜਥੇਬੰਦੀਆਂ ਹੋਣ। ਇਸ ਪੂਰੇ ਵਾਕਿਆਂ ਨੂੰ ਲੈ ਕੇ ਬਟਾਲਾ ਦੇ ਵਿੱਚ ਨਵਤੇਜ ਗੁੱਗੂ ਦੇ ਹੱਕ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਨਵਤੇਜ ਗੁੱਗੂ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਪਠਾਨਕੋਟ ਸੜਕ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਉੱਧਰ ਦੂਜੇ ਪਾਸੇ ਵੱਖ ਵੱਖ ਜਗ੍ਹਾ ਦੇ ਉੱਤੇ ਲੋਕ ਇਨਸਾਫ ਪਾਰਟੀ ਅਤੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਗੁੱਗੂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਉਸਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਉਸ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਹੋ ਰਿਹਾ। ਮਤਲਬ ਇਹ ਸਾਰਾ ਜਿਹੜਾ ਆ, ਜਿੱਦਾਂ ਗਰੀਬਾਂ ਦਾ ਹੱਕ ਮਾਰਿਆ ਜਾਣ ਵਾਲਾ ਕੰਮ ਹੋ ਰਿਹਾ। ਜਿੱਥੇ ਗਰੀਬਾਂ ਦੀ ਭਲਾਈ ਦਾ ਕੰਮ ਹੁੰਦਾ, ਉੱਥੇ ਥੋੜ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜ਼ਿਆਦਾ ਧੱਕਾ ਜਾਂ ਮਤਲਬ ਗੱਲ ਕਿਤੇ ਨਾ ਕਿਤੇ ਜਾ ਕੇ ਜਿਹੜੀ ਲੋਕਾਂ ਦੇ ਗਰੀਬਾਂ ਦੇ ਢੁੱਕ ਰਹੀ ਆ। ਅਤੇ ਹੁਣ ਜਿੱਦਾਂ ਅਸੀਂ ਆਏ ਸੀਗੇ ਇੱਥੇ, ਬੈਰੀਗੇਡਸ ਕੀਤੇ ਆ, ਸੰਗਤ ਆਈ ਆ, ਹਰ ਇੱਕ ਦਾ ਰੋਸ ਆ, ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਅਤੇ ਇਹ ਥੋੜ੍ਹਾ ਦੇਖੋ, ਜਿੰਨੇ ਵੀ ਲੋਕ ਵੀਰ ਭਰਾ ਸਾਰੀ ਆਵਾਮ ਆਈ, ਇਹ ਸਾਰੇ ਪਿਆਰ ਕਰਨ ਵਾਲੇ ਲੋਕ ਨੇ ਵੀਰ ਨੂੰ। ਅਤੇ ਅੱਜ ਹੁਣ ਅਸੀਂ ਵਕੀਲ ਸਾਹਿਬ ਕੋਲ ਹੋ ਕੇ ਆਏ ਹਾਂ ਜੀ, ਵੀਰ ਨੂੰ 9:30 ਕਹਿੰਦੇ ਪੇਸ਼ ਕੀਤਾ ਆ, 9:30 ਪੇਸ਼ ਕਰਕੇ ਉਸ ਤੋਂ ਬਾਅਦ ਜੇਲ੍ਹ ਘੱਲ ਦਿੱਤਾ ਗਿਆ। ਅਤੇ 4 ਵਜੇ ਦਾ ਟਾਈਮ ਹੈ ਬੇਲ ਦਾ, ਅੱਜ ਜੇ ਉਮੀਦ ਹੈਗੀ ਹੈ ਬੇਲ ਹੋ ਜਾਵੇ, ਕਿਉਂਕਿ ਇਹ ਕ੍ਰਿਮੀਨਲ ਨੀਗੇ, ਸੇਵਾ ਕਰਨ ਵਾਲੇ ਲੋਕ ਨੇ। ਅਤੇ ਆਹ ਹੁਣ ਜਿੰਨਾ ਪਿਆਰ ਆ ਸਾਰਾ ਗਰੀਬਾਂ ਲਈ ਆ, ਲੋਕ ਵੀਰ ਸਾਰੇ ਭਲਾਈ ਲਈ ਖੜ੍ਹਦੇ ਆ, ਬਹੁਤ ਸਾਥ ਹੈ। ਥੋੜ੍ਹਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀਗਾ ਕਿ ਨਰਮੀ ਰੱਖਣੀ, ਇਹ ਥੋੜ੍ਹੀ ਗੜਬੜੀ ਪਹਿਲੇ ਦਿਨ ਤੋਂ ਲੈ ਕੇ ਜਿਹੜੀ ਹੁਣ ਤੱਕ ਹੋਈ ਹੈ ਜੀ, ਇਹ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ। ਨਹੀਂ ਵੇਖੋ, ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਜਿੱਥੇ ਅਨਿਆਇ ਦੀ ਗੱਲ ਹੁੰਦੀ ਹੈ, ਇਨਸਾਫ ਦੀ ਗੱਲ ਹੁੰਦੀ ਹੈ, ਸਾਰਿਆਂ ਨੂੰ ਰਲ ਮਿਲ ਕੇ ਨਾਲ ਖੜਨਾ ਚਾਹੀਦਾ ਵਾ, ਅਤੇ ਸੱਚ ਲਈ ਖੜਨਾ ਚਾਹੀਦਾ। ਸੱਚ ਦਾ ਕੰਮ ਹੋ ਰਿਹਾ ਜੀ। ਅਸਲ 'ਚ ਜੋ ਮੈਨੂੰ ਦੇਖਣ ਨੂੰ ਲੱਗ ਰਿਹਾ ਕਿ ਜਿੱਦਾਂ ਪਿਆਰ ਮਿਲਿਆ, ਲੋਕ ਜਿਹੜੇ ਨਹੀਂ ਪਹੁੰਚ ਸਕੇ ਉਹ ਵੀਡੀਓ ਬਣਾ ਰਹੇ ਆ, ਜਿਹੜੇ ਆਏ ਆ ਇੰਨੀ ਗਰਮੀ 'ਚ, ਸਾਰੇ ਵੀਰ ਦਾ ਸਾਥ ਦੇਣ ਹੀ ਆਏ ਆ। ਅਸੀਂ ਅਪੀਲ ਇਹੀ ਕਰਦੇ ਹਾਂ ਕਿ ਸੱਚ ਨਾਲ ਖੜੋ, ਅਤੇ
ਇਹ ਸੱਚ ਇਹੀ ਆ ਕਿ ਉੱਥੇ ਗਰੀਬਾਂ ਦਾ ਭਲਾ ਹੋ ਰਿਹਾ ਵਾ, ਅਨਿਆਂ ਹੋ ਰਿਹਾ, ਅਤੇ ਜੋ ਕਿ ਹੁਣ ਚਲੋ ਅਸੀਂ ਕਹਿ ਸਕਦੇ ਹਾਂ ਵੀ ਇਹ ਨਹੀਂ ਹੋਣਾ ਚਾਹੀਦਾ ਕੰਮ ਜਿਹੜਾ ਪ੍ਰਸ਼ਾਸਨ ਕਰ ਰਿਹਾ। ਬਿੱਲ ਭੇਜਿਆ ਕਿਹੜਾ ਉਹਨੇ ਕਥਾ ਕਰਤਾ, ਜੇ ਪੁਲਿਸ ਦੀ ਕਾਰਵਾਈ 'ਚ ਵਿਘਨ ਪਾਇਆ, ਪੁਲਿਸ ਉਸ ਤਰੀਕੇ ਨਾਲ, ਪੁਲਿਸ ਆਪ ਹੀ ਤਾਂ ਵਿਘਨ ਪਾਉਣ ਗਈ ਆ, ਪੁਲਿਸ ਨੂੰ ਆਪਣੀ ਧੱਕੇ ਸ਼ਾਇਦ ਨਹੀਂ ਦਿਖਦੀ, ਪੁਲਿਸ ਨੂੰ ਆਪਣਾ ਨਹੀਂ ਨਜ਼ਰ ਪਹੁੰਚਾਉਂਦਾ, ਸੋ ਇਸ ਕਰਕੇ ਤਾਂ ਉਹਦੇ ਧੱਕੇ ਦੇ ਖਿਲਾਫ ਇੱਥੇ ਜਿਵੇਂ ਪੁਲਿਸ ਚੱਲੇਗੀ ਉਹ ਇਹੀ ਚੱਲ ਲਾਂਗੇ। ਪੁਲਿਸ ਨੂੰ ਡਾਂਗਾ ਮਾਰਨੀਆਂ ਆਉਂਦੀਆਂ ਸਾਨੂੰ, ਡਾਂਗਾ ਖਾਣੀਆਂ ਆਉਂਦੀਆਂ ਨੇ, ਇਹ ਕਹਿ ਸਕਦੇ ਹਾਂ। ਪੁਲਿਸ ਨੂੰ ਜੇਲ੍ਹਾਂ 'ਚ ਡੱਕਣਾ ਆਉਂਦਾ ਸਾਨੂੰ ਜੇਲ੍ਹਾਂ 'ਚ ਬੰਦ ਹੋਣਾ ਆਉਂਦਾ, ਹੁਣ ਅਸੀਂ ਹੋਰ ਕੀ ਜੇ ਇਹਨਾਂ 'ਤੇ ਹੁਣ ਤਾਂ ਗੋਲੀਆਂ 'ਤੇ ਚਲਾ ਨਹੀਂ ਸਕਦੇ, ਸਾਡੇ ਕੋਲ ਤਾਂ ਇਹੀ ਆਖਿਆ ਵੀ ਧਰਨਾ ਲਾ ਲਈਏ, ਮੋਰਚਾ ਪੈ ਲਈਏ, ਇੱਥੇ ਬਹਿ ਜਾਈਏ। ਮੇਨ ਮਕਸਦ ਇਹ ਸੀ ਵੀ ਗੁੱਗੂ ਜਿਹੜਾ ਉਹਦੀ ਜ਼ਮਾਨਤ ਹੋਵੇ ਅੱਜ, ਮੇਨ ਮਕਸਦ ਇਹੀ ਸੀ ਵੀ ਜਿਹਦਾ ਜ਼ਮਾਨਤ ਇਹਨਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ, ਸਾਡੇ ਕੋਲ ਐਨ ਜੀ ਓ ਵਾਲੇ ਵੀਰ ਆਏ ਸੀ 2 ਦਿਨ ਪਹਿਲਾਂ, ਉਹਨਾਂ ਨੂੰ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਸੀ, ਕਹਿੰਦੇ ਸੀ ਵੀ ਇਹ ਜਿਹੜਾ ਜੀ ਇਹਨੂੰ 13 ਤਰੀਕ ਨੂੰ ਜ਼ਮਾਨਤ ਮਿਲ ਜਾਣੀ ਆ, ਧਰਾਵਾਂ ਬੜੀਆਂ ਛੋਟੀਆਂ ਛੋਟੀਆਂ ਨੇ, ਵੀਡੀਓ ਤੁਸੀਂ ਵੇਖ ਲਿਓ ਜੇ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਅਸੀਂ ਵੀ ਉਸੇ ਭੁਲੇਖੇ ਰਹਿ ਗਏ ਵੀ ਚੱਲ ਸਾਡੇ ਐਨ ਜੀ ਓ ਵਾਲੇ ਭਰਾ ਨੇ ਬੜੇ ਮਾਣ ਵਾਲੇ ਨੇ, ਨਾ ਉਹਨਾਂ ਦਾ ਪੰਜਾਬ 'ਚ ਵੀ ਸੱਚ ਬੋਲਦੇ ਪਏ ਨੇ, ਚਲੋ ਸੱਚਾ ਹੀ ਉਹਨਾਂ ਨੇ ਦੱਸਿਆ, ਅਸੀਂ ਉਸ ਭੁਲੇਖੇ ਰਹਿ ਗਏ, ਨਹੀਂ ਤਾਂ ਇਹ ਸ਼ਨੀਵਾਰ ਦਾ ਸਾਡਾ ਬੜਾ ਵੱਡਾ ਘੱਟ ਸੀ ਪੰਜਾਬ ਅੰਦਰ, ਅੱਜ ਵੀ ਅਸੀਂ ਘੱਟ ਥੋੜ੍ਹੀ ਕੀਤਾ ਕੋਈ, ਅਸੀਂ ਤਾਂ ਇਹ ਕਿਹਾ ਵੀ ਸਿਰਫ ਬਟਾਲੇ ਵਾਲੇ ਵੀਰ ਜਿਹੜੇ ਨੇੜੇ ਤੇੜੇ ਦੇ ਲੋਕਲ ਮਾੜੇ ਮੋਟੇ ਆ ਜਾਓ, ਅਤੇ ਬਾਕੀ ਅਸੀਂ ਤਾਂ ਆਪਣਾ ਫਰਜ਼ ਸਮਝ ਕੇ ਜਥੇਬੰਦੀ ਵੱਲੋਂ ਆਪਣੇ ਪਰਿਵਾਰ ਵੱਲੋਂ ਆਏ ਹਾਂ, ਅਤੇ ਹੁਣ ਘੱਟ ਤਾਂ ਵਧੇਗਾ ਜੀ, ਘੱਟ ਤਾਂ ਨਹੀਂ ਘਟਣਾ ਵਾਲਾ, ਸਾਡਾ ਕੋਈ ਰਾਸਤਾ ਨਹੀਂ ਕਾਇਮ ਹੋ ਜਾਵੇ, ਅਜੇ ਤੱਕ ਨਹੀਂ ਹੋਇਆ ਜੀ, ਸਾਨੂੰ ਇਹ ਵੀ ਉਮੀਦ ਸੀ ਵੀ ਸਾਡੇ ਭਰਾ ਚਲੋ ਅਜੇ ਵੀ ਵੇਟ ਕਰਦੇ ਸਾਨੂੰ ਆਣ ਕੇ ਸਪੋਰਟ ਕਰਨਗੇ ਜੀ, ਉਹ ਜਿਹੜੀਆਂ ਗੱਲਾਂ ਨੇ ਜੀ ਸਾਡੀਆਂ ਆਪਸੀ ਨੇ, ਪਰ ਸਾਡਾ ਕੋਈ ਮਤਭੇਦ ਨਹੀਂ ਉਹਨਾਂ ਦੇ ਨਾਲ, ਸਾਡਾ ਤਾਂ ਪਿਆਰ ਹੈ, ਸਾਡੀ ਤਾਂ ਜਾਨ ਨੇ ਉਹ ਭਰਾ ਹਮੇਸ਼ਾ ਜਾਣ ਜਾਣਗੇ, ਕਿਉਂਕਿ ਉਹ ਪੰਜਾਬੀਅਤ ਵਾਸਤੇ, ਸਮਾਜ ਵਾਸਤੇ, ਇਨਸਾਨ ਕੰਮ ਕਰਦੇ ਨੇ ਵੀਰ ਜੀ। ਗੱਲ ਮੈਂ ਕਿਹਾ ਵੀ ਦੀਵੇ ਥੱਲੇ ਹਨੇਰਾ ਹੁੰਦਾ ਜੇ, ਜੇ ਹੁਣ ਦੀਵੇ ਥੱਲੇ ਹਨੇਰਾ ਹੀ ਆ ਵੀ ਜੁੱਤੇ, ਕਿਉਂਕਿ ਇੱਥੇ ਬਟਾਲੇ ਵਾਲਾ ਕੋਈ ਨਹੀਂ ਆਇਆ, ਅਬੋਹਰ ਤੋਂ ਆ ਕੇ ਆ ਖੜੇ ਇੱਥੇ ਵੀਰ, ਅਬੋਹਰ ਇੱਥੋਂ ਨਾ ਨਾ ਕਰਦੇ ਆ 400-500 ਕਿਲੋਮੀਟਰ ਹੋਏਗਾ ਅਬੋਹਰ ਇੱਥੋਂ, ਹਿਸਾਬ ਲਾ ਲਓ ਵੀ ਅਬੋਹਰ ਤੋਂ ਆ ਗਏ ਬੰਦੇ ਗੱਡੀ 'ਚ ਸਵੇਰ ਦੇ ਪੂਰੇ 5 ਵਜੇ ਦੇ, ਅਸੀਂ ਆ ਗਏ 250-300 ਕਿਲੋਮੀਟਰ ਤੋਂ, ਪਟਿਆਲੇ ਤੋਂ ਬੜੇ ਵੀਰ ਆਏ ਨੇ, ਚੰਡੀਗੜ੍ਹ ਤੋਂ ਵੀਰ ਆਏ ਨੇ, ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਾਂ ਕੋਈ ਆਇਆ ਨਹੀਂ ਆਇਆ, ਇਹ ਤਾਂ ਜਿਹਦੇ ਮਨ ਵਿੱਚ ਇਨਸਾਨੀਅਤ ਦਾ ਦਰਦ ਹੈ, ਜਿਹਦੇ ਦਿਲ 'ਚ ਪਿਆਰ ਹੈ, ਜਿਹਦੇ ਦਿਲ ਵਿੱਚ ਪਤਾ ਵੀ ਮਾਨਵਤਾ ਦਾ ਗਲਾ ਨਾ ਘੁੱਟਣ ਦੀ ਹੈ, ਅਤੇ ਉਹ ਨਹੀਂ ਆਏ ਬਟਾਲੇ। ਬਿਲਕੁਲ ਲੋਕਵਾਜ ਬਣੇਗੀ ਜੀ ਜਦੋਂ ਕਿਸੇ ਨਾਲ ਗਰੀਬ ਨਾਲ ਧੱਕਾ ਹੋਊਗਾ, ਸਾਰੀ ਜਨਤਾ ਨਾਲ ਧੱਕਾ ਇੱਕ ਸਾਹਿਬ ਨੂੰ, ਕਿਉਂਕਿ ਸਾਰੀ ਜਨਤਾ ਦੇ ਇਲਾਜ ਫ੍ਰੀ। ਕਿਹੜਾ ਹੋਸਪਿਟਲ ਹੈ ਵੀਰ ਜੀ ਮੈਨੂੰ ਦੱਸ ਦਿਓ ਚਾਵਲਾ ਜੀ, ਅਤੇ ਕਿਹੜਾ ਹੋਸਪਿਟਲ ਪੰਜਾਬ ਦੇ ਵਿੱਚ ਜਾਂ ਜ਼ਿਲ੍ਹੇ 'ਚ ਜਾਂ ਕਿਸੇ ਦੇਸ਼ 'ਚ ਕਿਹੜਾ ਜਿਹੜਾ ਫ੍ਰੀ ਇਲਾਜ ਕਰਦਾ, 50 ਲੱਖ ਵੀ ਕਿਸੇ ਦਾ ਇਲਾਜ 'ਚ ਲੱਗਦਾ ਫ੍ਰੀ ਕਰਦਾ, ਆਪਣੀ ਮਰਜ਼ੀ ਨਾਲ ਕੋਈ 10,000 ਦੇ ਜੇ, 15,000 ਦੇ ਦੇ, ਇੱਕ ਗੋਲਕ ਵਾਲਾ ਹਿਸਾਬ ਹੈ, ਐਸਾ ਕੋਈ ਹੋਸਪਿਟਲ ਮੈਂ ਨਹੀਂ ਵੇਖਿਆ। ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਦਾ ਬੜਾ ਚਰਚਾ 'ਚ ਹੈ ਕਿ ਉੱਥੇ ਬੜਾ ਵਧੀਆ ਇਲਾਜ ਹੁੰਦਾ, ਤੁਸੀਂ ਕਿਸੇ ਆਪਣੇ ਵੀਰ ਨੂੰ ਭੇਜ ਕੇ ਵੇਖ ਲਓ, ਜੇ ਆਪਾਂ ਲਟਾ ਕੇ ਗੁੱਗੂ ਵੀਰ ਘੁੰਮਦੇ ਆ, ਅਤੇ ਗੁੱਗੂ ਵੀਰ ਉਹਨਾਂ ਨੂੰ ਗਲੇ ਲਾ ਕੇ ਪਰਿਵਾਰਾਂ ਨੂੰ ਕਹਿੰਦਾ ਮੈਂ ਇਲਾਜ ਕਰਾਊਂਗਾ, ਉਸ ਬੰਦੇ ਨਾਲ ਅੱਜ ਤੱਕ ਉਹ ਹੋਸਪਿਟਲ ਕਿਉਂ ਬੰਦ ਕੀਤਾ ਗਿਆ? ਜੇ ਕੋਈ ਪੁਲਿਸ ਵਾਲੀ ਰੰਜਿਤ ਸੀ ਜਾਂ ਕੋਈ ਉਹਨਾਂ ਦੀ SHO ਸਾਹਿਬ ਨਾਲ ਗੱਲ ਸੀ, ਉਹ ਤਾਂ ਬਿਠਾ ਕੇ ਗੱਲ ਹੱਲ ਹੋ ਗਈ ਸੀ, ਜਾਣ ਬੁੱਝ ਕੇ ਪੁਲਿਸ 'ਤੇ ਦਬਾਅ ਕੀਤਾ ਗਿਆ, ਸਾਡੇ SSP ਸਾਹਿਬ ਦੇ, SHO ਸਾਹਿਬ ਦੇ ਮੋਢਿਆਂ ਦੇ ਭਾਰ ਪਾ ਕੇ ਇਸ ਸਰਕਾਰ ਨੇ ਜਾਣ ਕੇ ਪਰਚਾ ਦਵਾ ਕੇ ਉਹਨੂੰ ਅੰਦਰ ਕਰਾਇਆ, ਬਾਕੀ ਕੋਈ ਅਸੀਂ ਐਸੀ ਗੱਲ ਨਹੀਂ ਸੀ। ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪਹਿਰੇਦਾਰ TV।